ਬੀਬੀ ਕਿੰਨੀਆਂ ਕੁੰਨੀਆਂ ਤਾਂ ਨਹੀਂ ਬਣਾ ਕੇ ਕਿਤੇ ਪਾ ਲਿਆ ਬੈਗਾਂ ਚ ਹੈ ਤੇ ਮੈਂ ਕਿਹਾ ਇਹ ਤਾਂ ਅੱਗੇ ਤੇ ਗੋਰੇ ਹੁੰਦੇ ਸੀਗੇ ਅੱਜ ਆਪਾਂ ਪਹੁੰਚੇ ਆ ਬੇਸ਼ੁਮਾਰ ਪੰਜਾਬੀਆਂ ਤੇ ਦੁਨੀਆ ਦੇ ਹਰ ਕੋਨੇ ਚ ਵਸਦੇ ਸੰਵੇਦਨਸ਼ੀਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕਵਿਤਰੀ ਜਦੋਂ 1984 ਤੋਂ ਬਾਅਦ ਜਦੋਂ ਹਾਲਾਤ ਖਰਾਬ ਹੋਏ ਸੀਗੇ ਰੇਤ ਦੇ ਟਿੱਬਿਆਂ ਤੇ ਖੇਡਦੇ ਨੇ ਫੁੱਲ ਜਿੱਥੇ ਖੇਡਦੇ ਸੀ ਕਦੇ ਅਸੀਂ ਪਾਣੀ ਗੱਲ ਇੱਦਾਂ ਸੀਗੀ ਰਵਨੀਤ ਬਈ ਜਦੋਂ 9ਵੀਂ ਜਮਾਤ 'ਚ ਮੈਨੂੰ ਪੜ੍ਹਨੋਂ ਹਟਾਇਆ 9ਵੀਂ ਦੇ ਜਿਹੜੇ ਪੱਕੇ ਪੇਪਰ ਦੇ ਕੇ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਮੈਂ 10ਵੀਂ 'ਚ ਵੀ ਹੋ ਗਈ ਸੀਗੀ ਵੀ ਪਾਸ ਹੋ ਗਈ ਸੀ ਮੈਂ ਮੈਨੂੰ ਕਈ ਸਾਲ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਾਸ ਹੋ ਗਈ ਸੀ ਮੈਨੂੰ ਵੀ ਇਸ ਸੀਨ ਦੇ ਵਿੱਚ ਹੋਣਾ ਚਾਹੀਦਾ ਸੀ ਜਿਹੜਾ ਮੈਂ ਸੀਨ ਟੀਵੀ 'ਤੇ ਦੇਖ ਰਹੀ ਹਾਂ ਇਸ ਦ੍ਰਿਸ਼ 'ਚ ਮੈਂ ਕਿਉਂ ਨਹੀਂ ਤਪਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਅੱਜ ਆਪਾਂ ਪਹੁੰਚੇ ਹਾਂ ਬੇਸ਼ੁਮਾਰ ਪੰਜਾਬੀਆਂ ਤੇ ਦੁਨੀਆ ਦੇ ਹਰ ਕੋਨੇ 'ਚ ਵਸਦੇ ਸੰਵੇਦਨਸ਼ੀਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕਵਿਤਰੀ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਸਵਾਗਤ ਹੈ ਰਵਨੀਤ ਤੁਹਾਡਾ ਵੀ ਸਵਾਗਤ ਹੈ ਔਰ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਸੀਂ ਇੰਨੀ ਦੂਰੋਂ ਚੱਲ ਕੇ ਇੱਥੇ ਆਏ ਹੋ ਇੰਨਾ ਮੈਨੂੰ ਮਾਣ ਦਿੱਤਾ ਤੁਸੀਂ ਆ ਕੇ ਨਵਾਜ਼ਿਆ ਸ਼ੁਕਰੀਆ ਸ਼ੁਰੂ ਕਰਦੇ ਹਾਂ ਜੀ ਤੁਹਾਡੇ ਬਚਪਨ ਦੀ ਜਿੱਥੇ ਬਚਪਨ ਤੁਹਾਡਾ ਬੀਤਿਆ ਜਿਵੇਂ ਕਿ ਤੁਸੀਂ ਕੁਛ ਇਸ ਤਰ੍ਹਾਂ ਲਿਖਿਆ ਵੀ ਵੇਖਦੇ ਆ ਟਿੱਬਿਆਂ ਤੇ ਖੇਡਦੇ ਨੇ ਫੁੱਲ ਜਿੱਥੇ ਖੇਡਦੇ ਸੀ ਉਮਰਾਂ ਨਿਆਣੀਆਂ ਦੇ ਨਾਲ ਕੁਛ ਇਸ ਤਰ੍ਹਾਂ ਦੀਆਂ ਉਹ ਸਤਰਾਂ ਸੀਗੀਆਂ ਤੇ ਉਹਨਾਂ ਹੀ ਸਤਰਾਂ ਦੇ ਨਾਲ ਤੁਸੀਂ ਸਾਨੂੰ ਜੋੜੋ ਆਪਣੇ ਬਚਪਨ ਦੇ ਦਿਨਾਂ ਪਹਿਲਾਂ ਤਾਂ ਮੈਂ ਸ਼ੇਰ ਦੁਆਰਾ ਠੀਕ ਕਰਕੇ ਸੁਣਾ ਦਿੰਦੀ ਹਾਂ ਜੀ ਕਿ ਉਹਨਾਂ ਰੇਤ ਦੇ ਟਿੱਬਿਆਂ ਤੇ ਖੇਡਦੇ ਨੇ ਫੁੱਲ ਜਿੱਥੇ ਖੇਡਦੇ ਸੀ ਕਦੇ ਅਸੀਂ ਹਾਣੀਆਂ ਦੇ ਜੀ ਸੋ ਜਿੱਥੇ ਅਸੀਂ ਬਚਪਨ 'ਚ ਆਪਣੇ ਹਾਣੀਆਂ ਨਾਲ ਖੇਡਦੇ ਰਹੇ ਕੋਈ ਵੀ ਮੈਂ ਕਹਿੰਦੀ ਹਾਂ ਵੀ ਵਿਅਕਤੀ ਹੋਵੇ ਹੈ ਨਾ ਤਾਂ ਉਹਨੂੰ ਆਪਣਾ ਬਚਪਨ ਸੋਹਣਾ ਹੀ ਲੱਗਦਾ ਹੁੰਦਾ ਅਤੇ ਔਰ ਜਿੱਥੇ ਬਚਪਨ ਖੇਡਦਾ ਹੋਵੇ ਹੱਸਦਾ ਹੋਵੇ ਉੱਥੇ ਫੁੱਲ ਵੀ ਜ਼ਰੂਰ ਖਿੜਦੇ ਆ ਖੁਸ਼ੀ ਦੇ ਫੁੱਲ ਆਸਾਂ ਦੇ ਸੁਪਨਿਆਂ ਦੇ ਔਰ ਮੈਨੂੰ ਵੀ ਉਹ ਰੇਤ ਦੇ ਟਿੱਬੇ ਪਿਆਰੇ ਆ ਮੇਰਾ ਪਿੰਡ ਸਦਰਪੁਰਾ ਔਰ ਮੈਂ ਸਿੱਧਵਾ ਬੇਟ ਦੇ ਹਾਈ ਸਕੂਲ 'ਚ 9ਵੀਂ ਜਮਾਤ ਤੱਕ ਪੜ੍ਹੀ ਸੀ ਇੱਥੇ ਔਰ ਸਾਨੂੰ ਸ਼ਹਿਰ ਜਗਰਾਵਾਂ ਲੱਗਦਾ ਸੀਗਾ ਔਰ ਬਸ ਹਾਲੇ ਤੱਕ ਉਵੇਂ ਯਾਦਾਂ ਦੇ ਵਿੱਚ ਵਸਿਆ ਹੋਇਆ ਕਿਉਂਕਿ ਪਿੰਡ ਹੁਣ ਕਦੇ ਕਦਾਈ ਗੇੜਾ ਲੱਗਦਾ ਚਾਚਾ ਜੀ ਰਹਿੰਦੇ ਨੇ ਉੱਥੇ ਮਾਪੇ ਮੇਰੇ ਆ ਗਏ ਸੀਗੇ ਪਿੰਡ ਛੱਡ ਕੇ ਜਦੋਂ 1984 ਤੋਂ ਬਾਅਦ ਜਦੋਂ ਹਾਲਾਤ ਖਰਾਬ ਹੋਏ ਸੀਗੇ ਜੀ ਜੀ ਐਕਚੁਲੀ ਮੈਮ ਜਦੋਂ ਅਸੀਂ ਆਉਣ ਲੱਗੇ ਤਾਂ ਤੁਹਾਡੇ ਪਿੰਡ ਦਾ ਇੱਕ ਚਿੱਤਰਕਾਰ ਆ ਅਤੇ ਮੈਂ ਉਹਨੂੰ ਕਿਹਾ ਕਿ ਕਲੇ ਮਾਡਲਿੰਗ ਦੀ ਮੈਡਮ ਦੇ ਪਿੰਡ ਦੀ ਮਿੱਟੀ ਦੀ ਕੋਈ ਚੀਜ਼ ਬਣਾ ਕੇ ਮੈਨੂੰ ਭੇਜ ਪਰ ਕਾਹਲੀ ਕਾਹਲੀ ਦੇ ਵਿੱਚ ਮੈਂ ਮਿਲ ਨਹੀਂ ਸਕੀ ਅਤੇ ਜ਼ਰੂਰ ਅਸੀਂ ਤੁਹਾਨੂੰ ਕਿਸ ਦਿਨ ਫਿਰ ਆ ਕੇ ਪੇਸ਼ ਕਰਾਂਗੇ ਕਿੰਨੀ ਪਿਆਰੀ ਗੱਲ ਆ ਔਰ ਮੇਰੇ ਲਈ ਉਹ ਕਿੰਨਾ ਪਿਆਰਾ ਤੋਹਫਾ ਹੋਊਗਾ ਜਿਹੜਾ ਮੇਰੇ ਪਿੰਡ ਦੀ ਮਿੱਟੀ ਦਾ ਬਣਿਆ ਹੋਊਗਾ ਕਿਉਂਕਿ ਅਸੀਂ ਵੀ ਜਦੋਂ ਮੈਂ ਬਚਪਨ 'ਚ ਉੱਥੇ ਅਸੀਂ ਸਾਡੇ ਘਰਾਂ ਦੇ ਕੋਲ ਛੱਪੜ ਸੀਗਾ ਔਰ ਕਈ ਵਾਰੀ ਉੱਧਰ ਖੇਡਦੇ ਖੇਡਦੇ ਅਸੀਂ ਛੱਪੜ ਦੇ ਕਿਨਾਰੇ 'ਚ ਬੈਠ ਜਾਂਦੇ ਸੀਗੇ ਨਿਆਣੇ ਇਕੱਠੇ ਹੋ ਕੇ ਅਤੇ ਉਹ ਛੱਪੜ ਦੇ ਕਿਨਾਰੇ ਤੋਂ ਕਾਲੀ ਚੀਕਣੀ ਮਿੱਟੀ ਲੈ ਕੇ ਉਹਦੇ ਖਿਡੌਣੇ ਥੱਪੀ ਜਾਣੇ ਬਣਾਈ ਜਾਣੇ ਕੁਛ ਨਾ ਕੁਛ ਸੋ ਮੈਨੂੰ ਉਹ ਯਾਦ ਆ ਗਿਆ ਸਾਰਾ ਦ੍ਰਿਸ਼ ਜੀ ਜੀ ਤੁਹਾਡੀ ਗੱਲ ਸੁਣ ਕੇ ਅਤੇ ਜਿਵੇਂ ਬਚਪਨ ਤਾਂ ਹਰ ਬੱਚੇ ਦਾ ਬੜਾ ਨਿਰਾਲਾ ਹੁੰਦਾ ਪਰ ਜਿਹੜਾ ਕੁੜੀਆਂ ਦਾ ਬਚਪਨ ਆ ਉਹਦੇ ਵਿੱਚ ਕਾਫੀ ਸਾਰੀਆਂ ਮੁਸ਼ਕਿਲਾਂ ਵੀ ਹੁੰਦੀਆਂ ਨੇ ਤਾਂ ਤੁਹਾਡੇ ਬਚਪਨ 'ਚ ਵੀ ਉਹ ਮੁਸ਼ਕਿਲਾਂ ਹੋਣਗੀਆਂ ਅਤੇ ਮੈਂ ਸੁਣਿਆ ਵੀ ਸੀ ਕਿ ਸ਼ਾਇਦ ਤੁਸੀਂ ਉਹਨਾਂ ਨੂੰ ਆਪਣੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਉਹਨਾਂ ਨਾਲ ਜੂਝਦਿਆਂ ਹੋਇਆ ਫਤਿਹ ਪਾਈ ਉਹਨਾਂ ਸਮੱਸਿਆਵਾਂ 'ਤੇ ਉਹਦੇ ਬਾਰੇ ਕੋਈ ਰੋਸ਼ਨੀ ਹਾਂ ਰਵਨੀਤ ਮੈਂ ਬਸ ਵੈਸੇ ਬਹੁਤ ਸਾਰੀਆਂ ਇੰਟਰਵਿਊਆਂ 'ਚ ਇਹ ਗੱਲ ਦੱਸ ਚੁੱਕੀ ਹਾਂ ਨਾ ਵੀ ਮੇਰਾ ਬਚਪਨ ਥੋੜ੍ਹਾ ਆਮ ਬੱਚਿਆਂ ਨਾਲੋਂ ਥੋੜ੍ਹਾ ਵੱਧ ਸਖਤ ਸੀਗਾ ਹਾਲਾਤ ਬਹੁਤ ਅਣਸੁਖਾਵੇਂ ਸੀ ਘਰ ਦੇ ਇੱਕ ਤਾਂ ਛੋਟੀ ਕਿਸਾਨੀ ਕਰਕੇ ਮਾੜੀ ਆਰਥਿਕਤਾ ਕਰਕੇ ਔਰ ਬਾਕੀ ਮੇਰੇ ਪਿਤਾ ਜੀ ਦੇ ਸੁਭਾਅ ਕਰਕੇ ਅਤੇ ਭਾਰੀ ਕਬੀਲਦਾਰੀ ਕਰਕੇ ਸ਼ਾਇਦ ਇੱਦਾਂ ਦੇ ਕਾਰਨ ਸੀਗੇ ਕਿ ਘਰ ਦੇ ਵਿੱਚ ਤਣਾਅ ਹੁੰਦਾ ਸੀਗਾ ਕਲੇਸ਼ ਹੁੰਦਾ ਸੀਗਾ ਪਿਤਾ ਜੀ ਦਾ ਸੁਭਾਅ ਮਾਰਕੁੱਟ ਵਾਲਾ ਸੀਗਾ ਥੋੜ੍ਹਾ ਜਿਹਾ ਸੋ ਇਸ ਕਰਕੇ ਜਿਹੜਾ ਮੇਰਾ ਬਚਪਨ ਸੀ ਉਹ ਬਹੁਤ ਸਹਿਮਿਆ ਹੋਇਆ ਅਤੇ ਬਹੁਤ ਜ਼ਿਆਦਾ ਮਤਲਬ ਤੰਗ ਮਾਹੌਲ ਦੇ ਵਿੱਚ ਮੈਂ ਵੱਡੀ ਹੋਈ ਹਾਂ ਜੀ ਜੀ ਅਤੇ ਫਿਰ ਤੁਸੀਂ ਆਪਣੀ ਬਾਅਦ ਦੀ ਉਮਰ 'ਚ ਵੀ ਸ਼ਾਇਦ ਆਪਣਾ ਜਿਹੜਾ ਤੁਸੀਂ ਇੱਕ ਸਿੱਖਿਆ ਦਾ ਸੀ ਉਹਦੇ ਵਿੱਚ ਹੋਰ ਤੁਸੀਂ ਨਵੇਂ ਆਯਾਮ ਜੋੜੇ ਨੇ ਔਰ ਮੇਰਾ ਖਿਆਲ ਉਸ ਮੌਕੇ ਦੀ ਗੱਲ ਹੈ ਵੀ ਜਦੋਂ ਤੁਸੀਂ ਆਪਣੀ ਪੜ੍ਹਾਈ ਨੂੰ ਅਗਲੇਰੀ ਪੜ੍ਹਾਈ ਨੂੰ ਅੱਗੇ ਵਧਾਇਆ ਅਤੇ ਉੱਧਰੋਂ ਨਾਲ ਨਾਲ ਹੀ ਤੁਸੀਂ ਸਿਲੇਬਸ ਦੇ ਵਿੱਚ ਵੀ ਲੱਗਣੇ ਸ਼ੁਰੂ ਹੋ ਗਏ ਸੀ ਅਤੇ ਬਹੁਤ ਸਾਰੇ ਵਿਦਿਆਰਥੀ ਤੁਹਾਨੂੰ ਪੜ੍ਹ ਵੀ ਰਹੇ ਸੀ ਤਾਂ ਇਹ ਗੱਲ ਕਿਸੇ ਕਿਸੇ ਦੇ ਹੀ ਹਿੱਸੇ ਆਉਂਦੀ ਹੈ
ਉਹਦੇ ਬਾਰੇ ਵੀ ਜ਼ਰੂਰ ਦੱਸੋ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਧੀਆਂ ਜਿਹੜੀਆਂ ਉਹ ਇਹਦੇ ਤੋਂ ਪ੍ਰੇਰਨਾ ਲੈਣਗੀਆਂ। ਹਾਂਜੀ ਰਵਨੀਤ, ਮੈਂ ਕਹਿੰਦੀ ਹੁੰਦੀ ਹਾਂ ਕੁੜੀਆਂ ਨੂੰ ਵੀ ਅੱਜ ਜਿਹੜੀ ਕੁੜੀ ਤੁਹਾਡੇ ਸਾਹਮਣੇ ਆ ਵੀ ਇੰਨੇ ਔਖੇ ਹਾਲਾਤਾਂ ਦੇ ਵਿੱਚ ਮਤਲਬ ਆਪਣੇ ਸੁਪਨੇ ਨੂੰ ਮਰਨ ਨਹੀਂ ਦਿੱਤਾ, ਅਤੇ ਤੁਹਾਡੇ ਹਾਲਾਤ ਤਾਂ ਮੇਰੇ ਨਾਲ ਕਾਫੀ ਸੋਹਣੇ ਲੱਗ ਰਹੇ ਨੇ ਮੈਨੂੰ ਜਦੋਂ ਮੈਂ ਕਾਲਜਾਂ 'ਚ ਜਾਂਦੀ ਹਾਂ, ਹੈ ਨਾ, ਯੂਨੀਵਰਸਿਟੀਆਂ 'ਚ ਜਾਂਦੀ ਹਾਂ, ਤਾਂ ਵੀ ਤੁਸੀਂ ਵੀ ਜ਼ਰੂਰ ਆਪਣੇ ਸੁਪਨੇ ਨੂੰ ਪੂਰਾ ਕਰਿਓ, ਹੈ ਨਾ। ਅਤੇ ਗੱਲ ਇੱਦਾਂ ਸੀਗੀ ਰਵਨੀਤ ਬਈ, ਜਦੋਂ 9ਵੀਂ ਜਮਾਤ 'ਚੋਂ ਮੈਨੂੰ ਪੜ੍ਹਨੋਂ ਹਟਾਇਆ 9ਵੀਂ ਦੇ ਜਿਹੜੇ ਪੱਕੇ ਪੇਪਰ ਦੇ ਕੇ, ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਮੈਂ 10ਵੀਂ 'ਚ ਵੀ ਹੋ ਗਈ ਸੀਗੀ, ਵੀ ਪਾਸ ਹੋ ਗਈ ਸੀ ਮੈਂ। ਮੈਨੂੰ ਕਈ ਸਾਲ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਾਸ ਹੋ ਗਈ ਸੀ 9ਵੀਂ 'ਚੋਂ। ਤਾਂ ਉਦੋਂ ਮੈਨੂੰ ਮੇਰੇ ਮਨ ਵਿੱਚ ਨਾ ਬਹੁਤ ਰੀਝ ਸੀਗੀ ਵੀ ਮੈਂ ਪੜ੍ਹ ਲਿਖ ਕੇ ਕੁਛ ਬਣੂੰਗੀ, ਵੀ ਆਪਣੇ ਪੈਰਾਂ 'ਤੇ ਖੜ੍ਹੀ ਹੋਊਂਗੀ, ਮੇਰੇ ਕੋਲ ਇੱਕ ਪਰਸ ਹੋਇਆ ਕਰੂ ਆਪਣਾ ਜਿਹਦੇ ਵਿੱਚ ਮੇਰੇ ਆਪਣੇ ਪੈਸੇ ਹੋਇਆ ਕਰਨਗੇ, ਅਤੇ ਮੈਂ ਆਪਣੀ ਮਨ ਮਰਜ਼ੀ ਨਾਲ ਉਹਨਾਂ ਪੈਸਿਆਂ ਨੂੰ ਖਰਚ ਸਕੂੰਗੀ, ਆਪਣੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰ ਸਕੂੰਗੀ, ਹੈ ਨਾ। ਕਿਉਂਕਿ ਸਾਡੇ ਪਿੰਡ ਨਾ ਉਦੋਂ 2-3 ਕੁੜੀਆਂ ਜੇ ਬੀ ਟੀ ਕਰਕੇ ਅਧਿਆਪਕ ਲੱਗੀਆਂ ਸੀਗੀਆਂ, ਅਤੇ ਉਹਨਾਂ ਦਾ ਬੜਾ ਚਰਚਾ ਹੁੰਦਾ ਸੀ ਵੀ ਉਹ ਉਹਨਾਂ ਦੀ ਕੁੜੀ ਮਾਸਟਰ ਨਹੀਂ ਲੱਗ ਗਈ। ਸੋ ਮੇਰਾ ਵੀ ਦਿਲ ਕਰਦਾ ਹੁੰਦਾ ਸੀ ਵੀ ਮੈਂ ਵੀ 10ਵੀਂ ਜਮਾਤ ਕਰਕੇ ਜੇ ਬੀ ਟੀ ਕਰਕੇ ਮਾਸਟਰ ਨਹੀਂ ਲੱਗ ਜਾਊਂਗੀ, ਵੀ ਘੱਟੋ ਘੱਟ ਮਿਹਨਤ ਤਾਂ ਕਰ ਹੀ ਸਕਦੇ ਹਾਂ ਨਾ। ਪਰ ਉਦੋਂ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਨੂੰ ਪੜ੍ਹਨੋਂ ਹਟਣਾ ਪਿਆ, ਹੈ ਨਾ, 9ਵੀਂ ਪਾਸ ਕਰਕੇ। ਅਤੇ ਜਿਹੜਾ ਉਹ ਮੇਰੇ ਮਨ ਵਿੱਚ ਜਿਹੜਾ ਚਾਅ ਸੀਗਾ ਪੜ੍ਹ ਲਿਖ ਕੇ ਕੁਛ ਬਣਨ ਦਾ, ਉਹ ਹੋਰ ਕਈ ਗੁਣਾ ਵੱਧ ਗਿਆ। ਮਤਲਬ ਮੇਰੀ ਤੜਪ ਹੋਰ ਕਈ ਗੁਣਾ ਵੱਧ ਗਈ ਪੜ੍ਹ ਲਿਖ ਕੇ ਕੁਛ ਬਣਨ ਦੀ। ਔਰ ਮੈਂ ਘਰਦਿਆਂ ਨੂੰ ਕਹਿੰਦੀ ਰਹੀ ਵੀ ਮੈਨੂੰ ਤੁਸੀਂ 10ਵੀਂ ਕਰਾ ਦਿਓ, 10ਵੀਂ ਕਰਾ ਦਿਓ, ਪਰ ਉਹ ਨਹੀਂ ਕਰਾ ਸਕੇ। ਹਾਲਾਤ ਠੀਕ ਨਹੀਂ ਸੀ, ਘਰ ਦੀ ਬਿਜਲੀ ਦੇ ਸੱਟ ਲੱਗੀ ਹੋਈ ਸੀਗੀ, ਉਹਨਾਂ ਦੀ ਬਾਂਹ ਟੁੱਟ ਗਈ ਸੀ, ਸੋ ਇਸ ਕਰਕੇ ਮੈਨੂੰ ਉਹਨਾਂ ਨੇ ਘਰ ਦੇ ਕੰਮ ਕਾਰ ਲਈ ਹਟਾਇਆ ਸੀਗਾ। ਸੋ ਮੈਂ ਜ਼ਿਆਦਾ ਜ਼ਿੱਦ ਵੀ ਨਾ ਕਰ ਸਕੀ, ਪਰ ਫਿਰ ਮੈਂ ਸੋਚਿਆ ਚਲੋ ਘਰ ਵੀ ਮੇਰਾ ਇੱਕ ਘਰ ਹੋਰ ਆ, ਮੇਰਾ ਇੱਕ ਪਰਿਵਾਰ ਹੋਰ ਆ, ਵੀ ਉੱਥੇ ਜਾ ਕੇ ਪੜ੍ਹ ਲਿਖ ਲਊਂਗੀ। ਪਰ ਰਵਨੀਤ, ਬਸ ਮੈਂ ਸੰਖੇਪ 'ਚ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਵੀ ਉਹ ਪਰਿਵਾਰ ਵੀ ਕੁਛ ਉਸ ਤਰ੍ਹਾਂ ਦਾ ਹੀ ਸੀਗਾ, ਉਸ ਤਰ੍ਹਾਂ ਦੇ ਹਾਲਾਤ ਉੱਥੇ ਸੀਗੇ, ਉਹੋ ਜਿਹਾ ਹੀ ਉੱਥੇ ਇੱਕ ਚੁੱਲ੍ਹਾ ਬਲਦਾ ਸੀਗਾ ਗੀਤਾਂ ਦੀਆਂ ਕਾਪੀਆਂ ਸਾੜਨ ਵਾਲਾ, ਹੈ ਨਾ, ਕਿਉਂਕਿ ਮੇਰੀ ਉੱਥੇ ਵੀ ਮੈਨੂੰ ਮਾਪਿਆਂ ਨੇ ਲਿਖਣ ਨਹੀਂ ਸੀ ਦਿੱਤਾ, ਅਤੇ ਮੇਰੀ ਪਹਿਲੀ ਕਾਪੀ ਮੇਰੇ ਬੀਬੀ ਨੇ ਸਾੜਤੀ ਸੀਗੀ, ਇੱਥੇ ਆ ਕੇ ਵੀ ਬਸ ਉਹ ਕਾਪੀਆਂ ਸਾੜਨ ਦਾ ਸਿਲਸਿਲਾ ਜਾਰੀ ਰਿਹਾ। ਔਰ 12 ਸਾਲਾਂ ਮਗਰੋਂ ਫਿਰ ਮੈਨੂੰ 10ਵੀਂ 'ਚ ਪੜ੍ਹਨ ਦੀ ਆਗਿਆ ਮਿਲੀ ਘਰਦਿਆਂ ਵੱਲੋਂ, ਔਰ ਫਿਰ ਮੈਂ ਸਾਹਿਤ ਪੜ੍ਹਨਾ ਸ਼ੁਰੂ ਕੀਤਾ, ਔਰ ਨਵੇਂ ਸਿਰਿਓਂ ਫਿਰ ਕਵਿਤਾ ਲਿਖਣੀ ਸ਼ੁਰੂ ਕੀਤੀ, ਜਿਹੜੀ ਪਹਿਲਾਂ ਲੁਕ ਕੇ ਲਿਖਦੀ ਸੀਗੀ। ਫਿਰ ਮੈਂ ਉਹਦਾ ਮੈਨੂੰ ਇਹ ਆਗਿਆ ਮਿਲ ਗਈ, ਚਲੋ ਤੂੰ ਕਾਪੀ ਲਿਖਾਉਣ ਦੀ ਤੈਨੂੰ ਲੋੜ ਨਹੀਂ, ਅਸੀਂ ਪਾੜਦੇ ਨਹੀਂ ਤੇਰੀ ਕਾਪੀ, ਹੈ ਨਾ। ਸੋ ਫਿਰ ਬਸ 9ਵੀਂ ਜਮਾਤ 10ਵੀਂ ਜਮਾਤ, 9ਵੀਂ ਤੋਂ ਬਾਅਦ 10ਵੀਂ 12ਵੀਂ, ਫਿਰ ਬੀ ਐੱਮ ਏ ਕਰ ਲਈ, ਹੈ ਨਾ। ਸੋ 1 ਸਾਲ ਪੜ੍ਹਾਇਆ ਵੀ ਫਿਰ ਲੁਧਿਆਣਾ ਕਾਲਜ ਦੇ ਵਿੱਚ। ਸੋ ਇਹ ਗੱਲ ਸਹੀ ਹੈ ਕਿ ਜਿੱਥੇ ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ ਉੱਥੇ ਕਦੇ ਵੀ ਇੱਜ਼ਤਾਂ ਨਹੀਂ ਪਾੜੀਆਂ ਜਾਂਦੀਆਂ। ਸੋ ਮੈਮ, ਅਸੀਂ ਅੱਗੇ ਵੱਧਦੇ ਹਾਂ, ਜਿਵੇਂ ਤੁਸੀਂ ਆਪਣੇ ਕਿਸਾਨੀ ਪਰਿਵਾਰ ਦੇ ਪਿਛੋਕੜ ਦੀ ਗੱਲ ਕੀਤੀ, ਤਾਂ ਅੱਜ ਕੱਲ੍ਹ ਵੀ ਇੱਕ ਕਿਸਾਨੀ ਸੰਕਟ ਆ ਜਿਹਦੇ ਵਿੱਚ ਕਹਿ ਲਓ ਕਿ ਜਿਹੜੇ ਜੁਝਾਰੂ ਸਾਡੇ ਮੋਰਚੇ 'ਤੇ ਤਾਇਨਾਤ ਨੇ ਉਹਨਾਂ ਦੇ ਮੂੰਹ 'ਚ ਪਾਣੀ ਪਾਉਣ ਦਾ ਕੰਮ ਵੀ ਤੁਹਾਡੀ ਕਵਿਤਾ ਕਰ ਰਹੀ ਹੈ, ਉਸ ਦੇ ਬਾਰੇ ਵਿੱਚ ਤੁਸੀਂ ਕੁਛ ਨਾ ਕੁਛ ਜ਼ਰੂਰ ਦੱਸੋ। ਹਾਂਜੀ, ਬਸ ਰਵਨੀਤ, ਜਦੋਂ ਮੈਂ ਦੇਖਿਆ ਵੀ ਸਾਡੇ ਲੋਕ ਆ, ਹੈ ਨਾ, ਵੀ ਉਹ ਮੈਂ ਅਸਲ ਦੇ ਵਿੱਚ ਕਈ ਮਹੀਨਿਆਂ ਤੋਂ ਅਸੀਂ ਇਹ ਖਬਰਾਂ ਸੁਣ ਰਹੇ ਸੀਗੇ ਵੀ ਸਾਡੇ ਕਿਸਾਨਾਂ ਦੀ ਮਾੜੀ ਹਾਲਤ ਆ, ਉਹਨਾਂ ਦੀਆਂ ਜ਼ਮੀਨਾਂ ਘੁਸ ਜਾਣੀਆਂ ਨੇ, ਵੀ ਇੱਦਾਂ ਦੇ ਕਾਨੂੰਨ ਪਾਸ ਹੋ ਗਏ, ਕਈ ਮਹੀਨਿਆਂ ਤੋਂ ਧਰਨੇ ਦੇ ਰਹੇ ਨੇ ਸੜਕਾਂ 'ਤੇ, ਹੈ ਨਾ, ਕਦੇ ਰੇਲਵੇ ਲਾਈਨਾਂ 'ਤੇ, ਅਤੇ ਖਬਰਾਂ ਵੀ ਸੁਣੀ ਜਾਂਦੀ ਰਹਿੰਦੀ ਸੀਗੀ। ਮਨ ਮਤਲਬ ਮੈਂ ਲਿਖਣਾ ਵੀ ਸ਼ੁਰੂ ਕਰਤਾ ਸੀ, ਕਈ ਗਜ਼ਲਾਂ ਕਵਿਤਾਵਾਂ ਵੀ ਉਹਨਾਂ ਦਿਨਾਂ ਦੇ ਵਿੱਚ ਮੈਂ ਉਹੋ ਜਿਹੀਆਂ ਲਿਖੀਆਂ, ਹੈ ਨਾ, ਵਿੱਚ ਕਰੋਨਾ ਸੰਕਟ ਸੀਗਾ, ਸਾਰਾ ਇੱਦਾਂ ਮਨ ਦਾ ਮਾਹੌਲ ਵੀ ਇੱਦਾਂ ਦਾ ਹੀ ਹੋ ਗਿਆ ਸੀਗਾ ਜਿਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਪਰ ਜਦੋਂ 26 ਨਵੰਬਰ ਨੂੰ ਇਹਨਾਂ ਨੇ ਸਾਡੇ ਲੋਕਾਂ ਨੇ ਮਤਲਬ ਕਾਫਲੇ ਦੀ ਸ਼ਕਲ ਦੇ ਵਿੱਚ ਦਿੱਲੀ ਵੱਲ ਨੂੰ ਕੂਚ ਕੀਤਾ, ਹੈ ਨਾ, ਅਤੇ ਜਿਵੇਂ ਮੈਂ ਟੀ ਵੀ 'ਤੇ ਦੇਖਿਆ ਸਾਰਾ ਉਹਨਾਂ ਦਾ ਰੋਹ, ਉਹਨਾਂ ਦਾ ਜਜ਼ਬਾ, ਉਹਨਾਂ ਦਾ ਸਾਡੇ ਨੌਜਵਾਨ, ਹੈ ਨਾ, ਸਾਡੇ ਬਜ਼ੁਰਗ ਆਗੂ, ਅਤੇ ਮੈਥੋਂ ਰਹਿ ਨਹੀਂ ਹੋਇਆ। ਮੈਨੂੰ ਲੱਗਿਆ ਵੀ ਮੈਂ ਇੱਥੇ ਘਰ ਕੀ ਕਰਦੀ ਹਾਂ ਬੈਠੀ, ਵੀ ਮੈਨੂੰ ਵੀ ਇਸ ਸੀਨ ਦੇ ਵਿੱਚ ਹੋਣਾ ਚਾਹੀਦਾ ਸੀ ਜਿਹੜਾ ਮੈਂ ਸੀਨ ਟੀ ਵੀ 'ਤੇ ਦੇਖ ਰਹੀ ਹਾਂ, ਇਸ ਦ੍ਰਿਸ਼ 'ਚ ਮੈਨੂੰ ਮੈਂ ਕਿਉਂ ਨਹੀਂ ਗਈ। ਤਾਂ ਮੇਰੇ ਜਾਣੀ ਕਿ ਬਸ ਆਪ ਮਾਰੇ, ਪਤਾ ਨਹੀਂ ਕਿਉਂ, ਸ਼ਾਇਦ ਇਸ ਕਰਕੇ ਵੀ ਮੇਰਾ, ਮੈਂ ਪਿੰਡ ਦੀ ਜੰਪਾਲਾ, ਹੈ ਨਾ, ਅਤੇ ਮੇਰੇ ਪਿਓ ਨੇ ਵੀ ਖੇਤੀ ਕੀਤੀ ਆ, ਹੈ ਨਾ, ਔਰ ਛੋਟੀ ਕਿਸਾਨੀ ਦਾ ਸੰਕਟ ਮੈਂ ਵੀ ਦੇਖਿਆ, ਮਹਿਸੂਸ ਕੀਤਾ, ਹੈ ਨਾ, ਮਾੜੀ ਹਾਲਤ ਕਿਸਾਨਾਂ ਦੀ। ਅਤੇ ਉਹ ਜਿਹੜੇ 2 ਕਿੱਲੇ ਮੇਰੇ ਪਿਤਾ ਦੇ ਸੀਗੇ, ਉਹਨੂੰ ਜਦੋਂ ਉਹਨੇ 5 ਧੀਆਂ ਵਿਆਹੁਣੀਆਂ ਸੀਗੀਆਂ ਅਤੇ ਉਹਨੂੰ ਵੇਚਣੇ ਪਏ, ਹੈ ਨਾ, ਤਾਂ ਉਹ ਬੇਜ਼ਮੀਨਾ ਹੋ ਗਿਆ,
ਤੇ ਮੇਰੇ ਮਨ ਅੰਦਰ ਦੇ ਸਾਰਾ ਕੁਝ ਸਮਾਇਆ ਹੋਇਆ ਸੀਗਾ, ਉਹ ਦੁੱਖ, ਉਹ ਸੰਕਟ, ਉਹ ਮਾੜੇ ਹਾਲਾਤ, ਹਨਾ। ਤਾਂ ਬਸ ਮੇਰੇ ਕੋਲ ਰਹਿ ਨਹੀਂ ਹੋਇਆ। ਫਿਰ ਮੈਂ ਵੀ ਫਿਰ ਕੁਛ ਘਰ ਦੇ ਜ਼ਰੂਰੀ ਕੰਮ ਕਾਰ ਕਰਨ ਤੋਂ ਬਾਅਦ ਕੁਛ ਦਿਨਾਂ ਬਾਅਦ ਉੱਥੇ ਜਾ ਕੇ ਸ਼ਾਮਿਲ ਹੋ ਗਈ ਧਰਨੇ ਦੇ ਵਿੱਚ। ਔਰ ਬਸ ਹੁਣ ਮੈਂ ਕੁਛ ਦਿਨਾਂ ਤੋਂ ਘਰੇ ਆਈ ਹੋਈ ਹਾਂ, ਘਰੇ, ਕਿਉਂਕਿ ਹੁਣ ਥੋੜ੍ਹਾ ਜਿਹਾ ਕਰੋਨਾ ਦਾ ਘਟਿਆ ਕਰਕੇ ਆਪਣਾ ਸੰਕਟ, ਅਤੇ ਸਾਡੇ ਆਪਣੇ ਕਈ ਫੰਕਸ਼ਨ ਸ਼ੁਰੂ ਹੋ ਗਏ ਹੁਣ। ਪਿੱਛੇ ਮਾਂ ਬੋਲੀ ਦਿਵਸ ਦੇ ਮੌਕੇ 'ਤੇ ਕਾਫੀ ਫੰਕਸ਼ਨ ਹੋਏ, ਸਾਹਿਤ ਸਮਾਗਮ ਹੋਏ, ਹੈ ਨਾ, ਉਹਨਾਂ ਦੇ ਵਿੱਚ ਮੈਂ ਹਿੱਸਾ ਲਿਆ। ਅਤੇ ਹੁਣ ਕਈ ਕਾਲਜਾਂ ਵਾਲੇ ਮਤਲਬ ਰੂਬਰੂ ਲਈ ਬੁਲਾਇਆ ਕਈਆਂ ਨੇ ਮੈਨੂੰ, ਤਾਂ ਹੁਣ ਪੁਸਤਕ ਮੇਲਾ ਲੱਗਿਆ ਹੋਇਆ ਅੰਮ੍ਰਿਤਸਰ, ਕੱਲ੍ਹ ਮੈਂ 2 ਦਿਨ ਲਾ ਕੇ ਕੱਲ੍ਹ ਉੱਥੋਂ ਆਈ ਹਾਂ। ਔਰ ਹੁਣ ਨਾਰੀ ਦਿਵਸ 'ਤੇ ਪ੍ਰੋਗਰਾਮ ਹੋ ਰਹੇ ਆ ਆਉਣ ਵਾਲੇ ਦਿਨਾਂ 'ਚ। ਤਾਂ ਬਸ ਇਹਨਾਂ ਜਦੋਂ ਇਹ ਮੈਂ ਵਿਹਲੀ ਹੋ ਗਈ, ਪ੍ਰੋਗਰਾਮ ਥੋੜ੍ਹੇ ਜਿਹੇ ਹੋ ਗਏ, ਸੰਪੰਨ ਹੋ ਗਏ, ਤਾਂ ਫਿਰ ਮੈਂ ਮੇਰੇ ਰੂਹ ਉੱਥੇ ਹੀ ਆ, ਦਿੱਲੀ ਹੋਈ ਆ, ਅਤੇ ਫਿਰ ਮੈਂ ਦਿੱਲੀ ਜਾ ਕੇ ਤੁਹਾਡੇ ਸ਼ਾਮਿਲ ਹੋ ਜਾਣਾ। ਜ਼ਮਾਨਾ ਰੁਕ ਗਿਆ ਤੇਰਾ, ਉਹੀ ਅੰਦਾਜ਼, ਕਲੇਜੇ ਤੀਰ ਵੇਖਣ ਨੂੰ ਅਤੇ ਸਿਰ 'ਤੇ ਤਾਜ ਵੇਖਣ ਨੂੰ, ਕਲੇਜੇ ਤੀਰ ਵੇਖਣ ਨੂੰ ਅਤੇ ਸਿਰ 'ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ। ਬਹੁਤ ਅੱਛਾ ਲੱਗਿਆ ਜੀ। ਅਤੇ ਮੈਮ, ਜਦੋਂ ਤੁਸੀਂ ਨਾਰੀਵਾਦ ਦੀ ਗੱਲ ਕੀਤੀ, ਤਾਂ ਕੋਈ ਵੀ ਲੇਖਿਕਾ ਲਿਖਦੀ ਹੈ ਤਾਂ ਅਕਸਰ ਉਹ ਔਰਤਾਂ ਦੇ ਬਾਰੇ ਜ਼ਰੂਰ ਲਿਖਦੀ ਹੈ, ਅਤੇ ਅੱਜ ਕੱਲ੍ਹ ਵੀ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਕਵਿਤਰੀਆਂ ਨੇ ਇਸ ਲਹਿਰ 'ਚ ਜੁੜੀਆਂ ਵੀ ਹੋਈਆਂ ਨੇ, ਅਤੇ ਕੁਛ ਸਾਡੇ ਇਸ ਤਰ੍ਹਾਂ ਦੇ ਲੇਖਕ ਵੀ ਆ, ਮਰਦ ਲੇਖਕ ਵੀ ਨਾਰੀਵਾਦੀ ਲਿਖ ਰਹੇ ਨੇ, ਜਾਂ ਕਹਿ ਲਓ ਕਿ ਔਰਤਾਂ ਦੇ ਉਥਾਨ ਲਈ, ਹੱਕ ਲਈ ਲਿਖ ਰਹੇ ਨੇ ਜੀ। ਤਾਂ ਇਸ ਬਾਰੇ ਤੁਸੀਂ ਆਪਣੀ ਕੋਈ ਟਿੱਪਣੀ, ਕਿੰਨੀ ਕੁ ਤੁਹਾਨੂੰ ਉਮੀਦ ਲੱਗਦੀ ਹੈ ਕਿ ਆਉਣ ਵਾਲੇ ਸਮੇਂ 'ਚ ਲਹਿਰ ਅੱਗੇ ਵਧੇਗੀ, ਅਤੇ ਜਿਹੜੀਆਂ ਨਵੀਆਂ ਕਵਿਤਰੀਆਂ ਉਹਨਾਂ ਲਈ ਤੁਸੀਂ ਕੀ ਸੁਨੇਹਾ ਦਿੰਦੇ? ਉਮੀਦ ਮੈਨੂੰ ਐਂ ਲੱਗਦਾ ਵੀ ਨਾ, ਜਿਵੇਂ ਹਾਲਾਤ ਬਦਲ ਰਹੇ ਆ, ਔਰਤ ਦੀ ਸਥਿਤੀ ਬਿਹਤਰ ਹੋ ਰਹੀ ਆ, ਹੈ ਨਾ, ਸਾਡੇ ਹੁਣ ਪੁਰਸ਼ ਵੀ ਸੰਵੇਦਨਸ਼ੀਲ ਹੋ ਰਹੇ ਆ, ਔਰ ਜ਼ਮਾਨਾ ਜਿਵੇਂ ਬਦਲ ਲਿਆ, ਤਾਂ ਮੈਨੂੰ ਪਤਾ ਨਹੀਂ ਲੱਗਦਾ ਵੀ 2-3 ਪੀੜ੍ਹੀਆਂ ਤੱਕ ਨਾ ਅਸੀਂ ਬਰਾਬਰ ਹੋ ਜਾਵਾਂਗੇ ਜੀ। ਬਰਾਬਰ ਇਸ ਤਰ੍ਹਾਂ ਵੀ ਜਿਵੇਂ ਹੁਣ ਜਿਹੜੀ ਔਰਤ ਆ ਨਾ ਸਾਡੀ, ਉਹਦਾ ਸਭ ਤੋਂ ਜਿਹੜਾ ਗੰਭੀਰ ਮਸਲਾ ਵਾ ਉਹਦੀ ਸੁਰੱਖਿਆ ਜੀ, ਉਹ ਸੁਰੱਖਿਅਤ ਨਹੀਂ ਹੈਗੀ ਸਾਡੇ ਸਮਾਜ ਦੇ ਵਿੱਚ। ਅਤੇ ਪਰ ਹੌਲੀ ਹੌਲੀ ਜਦੋਂ ਮਤਲਬ ਹੋਰ ਜ਼ਮਾਨਾ ਬਿਹਤਰ ਹੋਊਗਾ, ਪੁਰਸ਼ ਹੋਰ ਸੰਵੇਦਨਸ਼ੀਲ ਹੋ ਜਾਣਗੇ, ਅਤੇ ਕੁੜੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਜਾਣਗੀਆਂ, ਆਪ ਕਮਾਉਣ ਲੱਗ ਪੈਣਗੀਆਂ, ਅਤੇ ਉਹਨਾਂ ਦੀ ਮੁਖਾਜੀ ਵੀ ਘਟੂਗੀ, ਔਰ ਜਦੋਂ ਉਹਨਾਂ ਦੇ ਕੋਲ ਪੈਸਾ ਆਊਗਾ ਤਾਂ ਉਹ ਉਹਨਾਂ ਦੇ ਕੋਲ ਸ਼ਕਤੀ ਵੀ ਆਊਗੀ ਨਾ ਜੀ ਉਹਨਾਂ ਨੂੰ, ਮਤਲਬ ਕਿਉਂਕਿ ਜਿਹੜੀਆਂ ਮੈਂ ਦੇਖਦੀ ਹਾਂ ਵੀ ਜਿਹੜੀਆਂ ਕੁੜੀਆਂ ਥੋੜ੍ਹੀ ਜਿਹੀਆਂ ਆਪ ਕਮਾਉਣ ਲੱਗ ਜਾਂਦੀਆਂ, ਹੈ ਨਾ, ਉਹਨਾਂ ਦੇ ਕੋਲ ਪੈਸੇ ਆਉਣ ਲੱਗ ਪੈਂਦੇ ਆ, ਤਾਂ ਉਹ ਆਪਣੀ ਸੁਰੱਖਿਆ ਕਰਨ ਯੋਗ ਵੀ ਹੋ ਜਾਂਦੀਆਂ ਨੇ, ਆਪਣੀ ਸੰਭਾਲ ਵੀ ਕਰ ਸਕਦੀਆਂ ਹੁੰਦੀਆਂ ਨੇ ਉਹ। ਔਰ ਮੈਨੂੰ ਲੱਗਦਾ ਵੀ 2-3 ਪੀੜ੍ਹੀਆਂ ਤੱਕ ਸਾਰਾ ਕੁਛ ਠੀਕ ਹੋ ਜੂਗਾ ਜੀ, ਇੱਦਾਂ ਮੈਨੂੰ ਲੱਗ ਰਿਹਾ ਜੀ। ਤੁਸੀਂ ਸੁਨਹਿਰੇ ਦਿਨਾਂ ਦੀ ਕਲਪਨਾ ਕੀਤੀ, ਅਤੇ ਮਾਂ ਬੋਲੀ ਦੇ ਨਾਲ ਵੀ ਜਿਵੇਂ ਪੰਜਾਬੀ ਬੋਲੀ ਦੇ ਸੰਕਟ ਬਾਰੇ ਵੀ ਆਪਾਂ ਅਕਸਰ ਚਰਚਾ ਕਰਦੇ ਹਾਂ, ਚਿੰਤਨ ਕਰਦੇ ਹਾਂ, ਤੁਸੀਂ ਉਸ ਸੰਬੰਧ 'ਚ ਕੀ ਦੇਖਦੇ ਹੋ ਕਿ ਪੰਜਾਬੀ ਬੋਲੀ ਦਾ ਵਰਤਮਾਨ ਅਤੇ ਭਵਿੱਖ ਕਿੰਨਾ ਕੁ ਰੋਸ਼ਨ ਹੋ? ਜਿਵੇਂ ਕਹਿੰਦੇ ਸੀ ਨਾ ਵੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਖਤਰਾ ਵਾ, ਹੈ ਨਾ ਜੀ, ਤਾਂ ਜਦੋਂ ਉਹ ਰਿਪੋਰਟ ਆਈ ਸੀਗੀ ਵੀ ਸ਼ਾਇਦ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਰਨ ਵਾਲੀਆਂ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਬੋਲੀ ਦਾ ਵੀ ਜ਼ਿਕਰ ਆ, ਹੈ ਨਾ, ਔਰ ਉਦੋਂ ਸਾਰੇ ਜਣੇ ਇੱਕਦਮ ਨਾ ਡਰ ਵੀ ਗਏ ਅਤੇ ਸੁਚੇਤ ਵੀ ਹੋ ਗਏ ਜੀ, ਔਰ ਉਹ ਯਤਨ ਕਰਨ ਲੱਗ ਗਏ ਸਾਰੇ ਵੀ ਅਸੀਂ ਮਾਂ ਬੋਲੀ ਨੂੰ ਬਚਾ ਕੇ ਰੱਖਣਾ, ਅਸੀਂ ਉਹਨੂੰ ਮਰਨ ਨਹੀਂ ਦੇਣਾ, ਮਤਲਬ ਜਿਹੜੀ ਮਾਂ ਬੋਲੀ ਤੋਂ ਥੋੜ੍ਹੇ ਅਵੇਸਲੇ ਹੋ ਗਏ ਸੀਗੇ ਅਸੀਂ, ਉਹ ਸਾਡਾ ਜਿਹੜਾ ਪਿਆਰ, ਸਾਡੀ ਤੜਪ ਫਿਰ ਜਾ ਗਈ, ਅਸੀਂ ਹੋਰ ਜ਼ਿਆਦਾ ਮਤਲਬ ਹੰਬੜਾ ਮਾਰਨ ਲੱਗ ਗਏ। ਹੁਣ ਮੈਂ ਦੇਖਿਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਲੋਕ ਪੰਜਾਬੀ ਨੂੰ ਸੰਭਾਲ ਰਹੇ ਆ, ਔਰ ਪੰਜਾਬੀ ਸਕੂਲ ਖੁੱਲ੍ਹ ਰਹੇ ਆ, ਔਰ ਸਿਲੇਬਸਾਂ 'ਚ ਲੱਗੀ ਹੋਈ ਆ ਪੰਜਾਬੀ, ਔਰ ਪੰਜਾਬੀ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਵੀ ਮਿਲਦੀਆਂ ਨੇ, ਕਿਉਂਕਿ ਜਦੋਂ ਨਾ ਮੈਂ ਕੈਨੇਡਾ ਗਈ ਸੀ ਪਿਛਲੀ ਵਾਰੀ, 2 ਸਾਲ ਪਹਿਲਾਂ ਦੀ ਗੱਲ ਆ, ਤਾਂ ਉੱਥੇ ਜਦੋਂ ਮੈਂ ਉੱਤਰੀ ਜਹਾਜ਼ ਤੋਂ ਤਾਂ ਉੱਥੇ ਸਾਰੇ ਪੰਜਾਬੀ ਬੋਲਣ ਮੋਹਰੇ ਜਿਹੜੇ ਉਹਨਾਂ ਦੇ ਕਰਿੰਦੇ ਸੀਗੇ, ਹਾਂ, ਕਹਿਣੇ ਉਹ ਸਾਰੇ ਦੇਖਦੇ ਸੀਗੇ ਸਾਡਾ ਸਮਾਨ ਬਾਰੇ ਪੁੱਛਦੇ ਸੀਗੇ, ਤੁਹਾਡੇ ਸਮਾਨ ਦੇ ਵਿੱਚ ਤਾਂ ਨਹੀਂ ਕੁਛ, ਕਹਿਣ ਉਹ ਪੰਜਾਬੀ 'ਚ ਐਨ ਬੋਲਣ, ਹਾਂ ਬੀਬੀ ਪਿੰਨੀਆਂ ਪੁੰਨੀਆਂ ਤਾਂ ਨਹੀਂ ਬਣਾ ਕੇ ਕਿਤੇ ਪਾ ਲਿਆ ਬੈਗਾਂ 'ਚ, ਹੈਂ,
ਤੇ ਮੈਂ ਕਿਹਾ ਇਹ ਤਾਂ ਅੱਗੇ ਤੇ ਇੱਥੇ ਗੋਰੇ ਹੁੰਦੇ ਸੀਗੇ ਤੇ ਤੁਸੀਂ ਕੀ ਜਵਾਬ ਦਿੱਤਾ ਵੀ ਬੈਗ ਚ ਪਾ ਕੇ ਲਿਆਏ ਕਿ ਨਹੀਂ ਹਾਂ ਮੈਂ ਕਿਹਾ ਨਹੀਂ ਸਾਨੂੰ ਪਤਾ ਸੀਗਾ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਇਹ ਨਹੀਂ ਸਾਨੂੰ ਲਿਆਉਣ ਦੀ ਆਗਿਆ ਦਿੰਦੇ ਲਿਖਿਆ ਹੁੰਦਾ ਵਾ ਸੋ ਇਸ ਕਰਕੇ ਅਸੀਂ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਲਿਆਏ ਸੋ ਉੱਥੇ ਸਾਰੇ ਫਿਰ ਕਿਉਂਕਿ ਫਿਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਜਦੋਂ ਨਾ ਭਾਰਤ ਤੋਂ ਜਹਾਜ਼ ਜਾਂਦਾ ਵਾ ਤੇ ਉਹਦੇ ਵਿੱਚ ਜ਼ਿਆਦਾਤਰ ਪੰਜਾਬੀ ਹੁੰਦੇ ਆ ਲੋਕ ਔਰ ਉਹ ਉਸ ਵੇਲੇ ਸਪੈਸ਼ਲੀ ਉਹਨਾਂ ਨੂੰ ਪੰਜਾਬੀ ਜਿਹੜੇ ਕਰਿੰਦੇ ਆ ਉਹਨਾਂ ਦੇ ਪੰਜਾਬੀ ਬੋਲ ਸਕਦੇ ਆ ਉਹਨਾਂ ਦੀ ਡਿਊਟੀ ਲਾਈ ਹੁੰਦੀ ਆ ਵੀ ਤੁਸੀਂ ਇਹਨਾਂ ਨੂੰ ਦਸ ਪੁੱਛੇ ਕਰਨੇ ਆ ਉਹਨਾਂ ਦੇ ਮੂਹਰੇ ਵੈਲਕਮ ਕਰਨਾ ਚਾਹਣਾ ਜੀ ਸਾਰਾ ਸੋ ਬਹੁਤ ਚੰਗਾ ਲੱਗਿਆ ਵੀ ਉਹਨਾਂ ਨੂੰ ਪੰਜਾਬੀ ਪੜ੍ਹ ਕੇ ਉੱਥੇ ਉਹ ਪੰਜਾਬੀ ਪੜ੍ਹਦੇ ਆ ਔਰ ਪੰਜਾਬੀ ਪੜ੍ਹ ਕੇ ਨੌਕਰੀਆਂ ਵੀ ਉਹਨਾਂ ਨੂੰ ਮਿਲਦੀਆਂ ਇਸ ਕਰਕੇ ਕਿ ਉਹਨਾਂ ਨੂੰ ਪੰਜਾਬੀ ਆਉਂਦੀ ਆ ਮੈਮ ਤੁਸੀਂ ਜਿਵੇਂ ਖਾਣ ਪੀਣ ਦੀ ਗੱਲ ਕੀਤੀ ਤਾਂ ਮੈਂ ਵਿੱਚ ਪੁੱਛ ਰਹੀ ਸੀ ਵੀ ਤੁਹਾਡੇ ਮਨ ਪਸੰਦ ਕਿਹੜਾ ਖਾਣਾ ਕਿਹੜੀ ਖੁਰਾਕ ਤੁਹਾਨੂੰ ਜ਼ਿਆਦਾ ਪਸੰਦ ਕੁਛ ਨਿੱਜੀ ਜਿਹੇ ਸਵਾਲ ਜੇ ਆਪਾਂ ਕਰਾਂ ਹਾਂ 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 ਬਿਲਕੁਲ ਮੈਂ ਇਹ ਦੱਸਣਾ ਹੈਗਾ ਵੀ ਮੈਂ ਇਹੋ ਜਿਹਾ ਬੰਦਾ ਵਾ ਨਾ ਸੌਖਾ ਜਿਹਾ ਬੰਦਾ ਵੀ ਜੋ ਵੀ ਮਿਲ ਜਾਵੇ ਮੈਂ ਖਾ ਕੇ ਆਪਣਾ ਪ੍ਰਸੰਨ ਹਾਂ ਮਤਲਬ ਹਾਂ ਕੋਈ ਮਤਲਬ ਸੁੱਕੀ ਰੋਟੀ ਮਿਲ ਜਾਵੇ ਕੋਈ ਚੋਪੜੀ ਮਿਲ ਜਾਵੇ ਕੋਈ ਦਾਲ ਮਿਲ ਜਾਵੇ ਕੋਈ ਵੀ ਸਬਜ਼ੀ ਮਿਲ ਜਾਵੇ ਥੋੜ੍ਹੀ ਮਿਲ ਜਾਵੇ ਇੱਕ ਥੋੜ੍ਹੀ ਖਾ ਲੈਣੀ ਆ ਬਹੁਤੀ ਮਿਲ ਜਾਵੇ ਬਹੁਤੀ ਵੀ ਚਲੋ ਕਈ ਵਾਰੀ ਖਾ ਲਈ ਆ ਪਰ ਮੈਨੂੰ ਕੋਈ ਮਤਲਬ ਕੋਈ ਰੁੱਖੀ ਮਿੱਸੀ ਖਾ ਕੇ ਬਸ ਸਬਰ ਸ਼ੁਕਰ ਕਰੀ ਰਵਨੀਤ ਆਇਆ ਮੈਨੂੰ ਲੱਗਦਾ ਵੀ ਨਾ ਥੋੜ੍ਹੇ ਰੰਗ ਦੀ ਜਿਹੜੀ ਤੁਹਾਡੀ ਪਸੰਦ ਆ ਇਹ ਵੀ ਉਮਰ ਨਾਲ ਸਮੇਂ ਨਾਲ ਜਾਂ ਵਕਤ ਨਾਲ ਬਦਲਦੀ ਰਹਿੰਦੀ ਆ ਕਦੇ ਮੈਨੂੰ ਪੀਲਾ ਰੰਗ ਚਿੱਟਾ ਰੰਗ ਬਹੁਤ ਜ਼ਿਆਦਾ ਚੰਗਾ ਲੱਗਦਾ ਹੁੰਦਾ ਸੀ ਹੁਣ ਵੀ ਚੰਗਾ ਲੱਗਦਾ ਪੀਲਾ ਅਤੇ ਚਿੱਟਾ ਪਰ ਹੁਣ ਕੁਛ ਹੋਰ ਰੰਗ ਵੀ ਮਤਲਬ ਮੈਨੂੰ ਇਹ ਵੀ ਕੋਈ ਹੈ ਨਹੀਂ ਕਿ ਜਿਹੜਾ ਚੰਗਾ ਲੱਗੇ ਪਾ ਲਓ ਬਸ ਚਲੋ ਮੈਮ ਬਹੁਤ ਵਧੀਆ ਲੱਗਿਆ ਜੀ ਅਤੇ ਆਖਰੀ ਇੱਕ ਸਵਾਲ ਹੈ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਸਾਰੇ ਕਿਰਦਾਰ ਨਿਭਾਏ ਨੇ ਕੁਛ ਕਿਰਦਾਰ ਤਾਂ ਹਰ ਕੁੜੀ ਨੂੰ ਹਰ ਔਰਤ ਨੂੰ ਨਿਭਾਉਂਦੇ ਅਸੀਂ ਅਕਸਰ ਵੇਖਦੇ ਹੀ ਹਾਂ ਪਰ ਤੁਹਾਡਾ ਇੱਕ ਵੱਖਰਾ ਕਿਰਦਾਰ ਇੱਕ ਸ਼ਾਇਰਾ ਵਜੋਂ ਵੀ ਸੋ ਇਹਨਾਂ ਸਾਰੇ ਕਿਰਦਾਰਾਂ 'ਚੋਂ ਬੇਟੀ ਭੈਣ ਪਤਨੀ ਮਾਂ ਜਾਂ ਹੋਰ ਕਈ ਸਾਰੇ ਰਿਸ਼ਤੇ ਹੋਣਗੇ ਅਤੇ ਇੱਕ ਕਵਿਤਰੀ ਸਭ ਤੋਂ ਜ਼ਿਆਦਾ ਤੁਹਾਡੇ ਲਈ ਚੁਣੌਤੀ ਭਰਿਆ ਅਤੇ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਕਿਹੜਾ ਕਿਰਦਾਰ ਪਹਿਲਾਂ ਸਾਰੇ ਲੱਗਦੇ ਹੁੰਦੇ ਸੀ ਉਹ ਚੁਣੌਤੀਆਂ ਵਰਗੇ ਨੇ ਹੈ ਨਾ ਵੀ ਮੈਂ ਹਰ ਕੰਮ ਨੂੰ ਆਪਣੇ ਦਿਲ ਨਾਲ ਆਪਣੀ ਰੂਹ ਨਾਲ ਕਰਨਾ ਚਾਹੁੰਦੀ ਹਾਂ ਮਤਲਬ ਮੈਨੂੰ ਨਾ ਜੇ ਮੇਰੇ ਕੋਲੋਂ ਕੰਮ ਸਹੀ ਨਾ ਹੋਵੇ ਘਰ ਦਾ ਚਾਹੇ ਕੰਮ ਸਫਾਈ ਦਾ ਕੰਮ ਹੋਵੇ ਰੋਟੀ ਸਬਜ਼ੀ ਦਾ ਕੰਮ ਹੋਵੇ ਜੇ ਮੇਰੇ ਕੋਲੋਂ ਸਹੀ ਨਾ ਬਣੇ ਸਬਜ਼ੀ ਰੋਟੀ ਜਾਂ ਸਹੀ ਤਰ੍ਹਾਂ ਸਫਾਈ ਨਾ ਹੋਵੇ ਘਰ ਨਾ ਸਾਂਭ ਜਾਵੇ ਤਾਂ ਮੈਨੂੰ ਆਪਣੇ ਆਪ ਨੂੰ ਮਤਲਬ ਲੱਗਦਾ ਰਹਿੰਦਾ ਵੀ ਮੈਂ ਇਹ ਕਿਉਂ ਨਹੀਂ ਕੀਤਾ ਅਤੇ ਇਸੇ ਤਰ੍ਹਾਂ ਕਵਿਤਾ ਦੇ ਵਿੱਚ ਜਿੰਨਾ ਚਿਰ ਮੈਨੂੰ ਤਸੱਲੀ ਨਾ ਹੋਵੇ ਨਾ ਮੈਂ ਉਹ 'ਤੇ ਇੰਨੀ ਮਿਹਨਤ ਕਰਦੀ ਹਾਂ ਇੰਨੀ ਮਿਹਨਤ ਕਰਦੀ ਹਾਂ ਵੀ ਉਹਨੂੰ ਕਈ ਕਈ ਵਾਰੀ ਮੈਂ ਪੜ੍ਹਦੀ ਹਾਂ ਫਿਰ ਉਹਨੂੰ ਨਿਖਾਰਨ ਦੀ ਪੋਲਿਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਔਰ ਫਿਰ ਹੁਣ ਜੇ ਮੈਂ ਕਹਾਂ ਵੀ ਮੈਨੂੰ ਕਿਹੜਾ ਚੁਣੌਤੀ ਭਰੇ ਲੱਗਦਾ ਪਰ ਹੁਣ ਤਾਂ ਨਾ ਇਹ ਇੱਕ ਦੂਜੇ ਨੂੰ ਮਤਲਬ ਇੱਦਾਂ ਰਲ ਕੱਢ ਹੋ ਗਏ ਸਹਿਜ ਹੋ ਗਈ ਮੈਂ ਸਾਰਿਆਂ ਨੂੰ ਘਰ ਪਰਿਵਾਰ ਨੂੰ ਸਾਂਭਣ ਲਈ ਵੀ ਅਤੇ ਕਵਿਤਾ ਦੇ ਨਾਲ ਤੁਰਨ ਲਈ ਵੀ ਮੈਨੂੰ ਸਾਰੇ ਇੱਕ ਦੂਜੇ ਦੇ ਵਾਸਤੇ ਹੀ ਮੇਰੇ ਸਭ ਠੀਕ ਲੱਗਦਾ ਕੋਈ ਮੈਨੂੰ ਔਖਾ ਨਹੀਂ ਲੱਗਦਾ ਠੀਕ ਆ ਬਸ ਬਹੁਤ ਬਹੁਤ ਸ਼ੁਕਰੀਆ ਮੈਮ ਅਤੇ ਤੁਹਾਡੀ ਸ਼ਾਇਰੀ ਦਾ ਰੰਗ ਅਜੇ ਆਪਾਂ ਹੋਰ ਵੀ ਸਾਂਝਾ ਕਰਨਾ ਸੁਣਨਾ ਅਤੇ ਉਸ ਤੋਂ ਬਾਅਦ ਫਿਰ ਵਿਦਾ ਲਵਾਂਗੇ ਬਸ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ ਮੇਰੇ ਖੰਭਾਂ 'ਚ ਇੰਨੀ ਕੁ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ ਇਹ ਨਾ ਸਮਝੀ ਕਿ ਉੱਡਣਾ ਨਹੀਂ ਜਾਣਦੀ ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗੀ ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ ਜੇ ਮੈਂ ਚਾਹਾਂ ਤਾਂ ਸੂਰਜ ਤੇ ਪੱਬ ਧਰ ਲਵਾਂ ਮੇਰੇ ਖੰਭਾਂ 'ਚ ਇੰਨੀ ਕੁ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ ਉੱਚੇ ਅਰਸ਼ਾਂ ਦੀ ਬਣ ਜਾਵਾਂ ਰਾਣੀ ਵੀ ਮੈਂ ਇਸ ਧਰਤੀ ਦੀ ਦਿਲਕਸ਼ ਕਹਾਣੀ ਵੀ ਮੈਂ ਬਲਦੇ ਸਹਿਰਾ ਤੇ ਸੜਨਾ ਵੀ ਹਾਂ ਜਾਣਦੀ ਕੋਈ ਵਾਅਦਾ ਵਫਾ ਦਾ ਜਦੋਂ ਕਰ ਲਵਾਂ ਇਹ ਨਾ ਸਮਝੀ ਕਿ ਉੱਡਣਾ ਨਹੀਂ ਜਾਣਦੀ ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ ਤੇਰੇ ਕਦਮਾਂ 'ਚ ਜੇ ਮੈਂ ਬਸਰ ਕਰ ਲਵਾਂ